अस्सलाम वालेकुम जी, मैं बिलाल हां तौर कर ਤੁਸੀਂ ਤੇ ਦੇਖਦੇ ਵਾਰੀ ਪਰ ਟੀ1 ਇਸ ਟਾਈਮ ਅਸੀਂ ਵੇਲਿਆ ਮਾਲ ਮਵੇਸ਼ੀ ਮੰਡੀ ਵਿੱਚ ਆਏ ਦੇ ਬੁੱਧ ਦੇ ਦਿਨ ਮਾਸ਼ਾਅੱਲਾ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਮਾਲ ਮਵੇਸ਼ੀਆਂ ਦਾ ਔਰ ਬਾਕੀ ਵੀ ਇੱਥੇ ਜ਼ਰੂਰਤ ਹੈ ਜ਼ਿੰਦਗੀ ਦੀ ਜਿੰਨੀਆਂ ਚੀਜ਼ਾਂ ਨੇ ਉਹ ਇੱਥੇ ਮੌਜੂਦ ਹੁੰਦੀਆਂ ਨੇ ਮੰਡੀ ਵਿੱਚ ਇਸ ਟਾਈਮ ਮਾਸ਼ਾਅੱਲਾ ਦੋ ਬੱਕਰੀਆਂ ਸਗੋ ਲਾਈਆਂ ਨੇ ਔਰ ਬੱਕਰੀਆਂ ਵੀ ਸੂਈ ਦੀਆਂ ਨੇ ਦੋਵਾਂ ਬੱਕਰੀਆਂ ਨਾਲ ਦੋ ਦੋ ਜਾਨਵਰ ਵੀ ਮੌਜੂਦ ਨੇ ਅਸਾਂ ਭਾਈਆਂ ਉਹਨਾਂ ਕੋਲ ਜਾਣਸਾ ਇਹ ਕਿਹੜੀ ਨਸਲ ਦੀਆਂ ਨੇ ਉਸ ਤੋਂ ਬਾਅਦ ਰੇਟ ਕੀ ਵੇ ਸਾਰੀ ਗੱਲ ਬਾਤ ਇਹਨਾਂ ਕੋਲ ਜਾਣਸਾ ਔਰ ਨਾਲ ਦੁੱਧ ਕਿੰਨਾ ਦਿੰਦੀਆਂ ਨੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਰਹਿਮਤੁਲਲਾਹ ਕੀ ਹਾਲ ਹੈ ਭਾਈ ਠੀਕ ਹੋ ਖਰੀਏ ਤੇ ਅਲਹਮਦੁਲਿਲਾਹ ਸ਼ੁਕਰ ਹੈ ਅੱਲਾਹ ਦਾ ਜੀ ਅੱਛਾ ਮਾਸ਼ਾਅੱਲਾ ਮੈਂ ਦੇਖਣਾ ਬਹੁਤ ਸੋਹਣੀਆਂ ਮਾਸ਼ਾਅੱਲਾ ਬੱਕਰੀਆਂ ਤੁਸਾਂ ਕੋਲ ਨੇ ਪਹਿਲੇ ਦੱਸੋ ਨਸਲ ਹੈ ਕਿਹੜੀ ਕਿਹੜੀ ਹੈ ਇਹ ਵਾਲੀ ਦੇਸੀ ਨਸਲ ਹੈ ਜੀ ਅੱਛਾ ਅਲਾਕਾਈ ਤੇ ਉਹ ਥੋੜੀ ਜਿਹੀ ਗਡੇਰ ਹੈ ਬੀਤਲ ਵਿੱਚ ਅੱਛਾ ਇਹ ਬੀਤਲ ਵਿੱਚ ਬੀਤਲ ਮਤਲਬ ਤੇ ਪਹਿਲੀ ਦਫਾ ਸੁਣਿਆ ਇੱਥੇ ਹੋਰ ਵੀ ਜ਼ਾਰੇ ਵਿੱਚ ਹੈ ਨਾ ਜਾਂ ਨਹੀਂ ਜੀ ਹੈ ਨਾ ਜੀ ਬੀਤਲ ਹੈ ਤੇ ਉਸ ਤੋਂ ਬਾਅਦ ਇਹਨਾਂ ਦੋਵਾਂ ਨਾਲ ਦੋਏ ਸੂਈਆਂ ਹੀ ਆਣੇ ਨਾ ਜੀ ਜੀ ਦੋਏ ਤਾਜ਼ੀਆਂ ਉਸ ਨਾਲ ਦੋ ਬੱਚੇ ਉਹ ਵਾਲੇ ਇਸ ਨਾਲ ਉਹ ਸਾਹਮਣੇ ਦੋ ਬੱਚੇ ਅੱਛਾ ਇਸ ਨਾਲ ਉਹ ਦੋ ਬੱਚੇ ਨੇ ਤੇ ਉਹ ਬੱਚੇ ਤੇ ਮਹਿਲ ਚਰੋ 5-6 ਦਿਨਾਂ ਦੀ ਸ਼ਾਇਦ ਸੁਣਾ ਇਸ ਤਰ੍ਹਾਂ ਤੇ ਇਹ ਤਕਰੀਬਨ 15 ਦਿਨਾਂ ਦੇ ਇਸ ਬੱਕਰੀਆਂ ਜਿਹੜੇ ਨੇ ਉਹ 15-20 ਦਿਨਾਂ ਦੇ ਆਏ ਨੇ ਤੇ ਉਸ ਤੋਂ ਬਾਅਦ ਦੁੱਧ ਵਗੈਰਾ ਇਹ ਬੱਚੇ ਹੀ ਪੀਂਦੇ ਸੁਣ ਆਪ ਮਤਲਬ ਇਸਤੇਮਾਲ ਕਰ ਸਕਦਾ ਹੈ ਬੰਦਾ ਜਾਨੀ ਹਾਂ ਕਰਦਾ ਨਾ ਜੀ ਅਸੀਂ ਕਰਦੇ ਹਾਂ ਇਸਤੇਮਾਲ ਅਲਹਮਦੁਲਿਲਾ ਅੱਛਾ ਤੇ ਦੁੱਧ ਕਿੰਨੇ ਚਾ ਦਿੰਦੀਆਂ ਨੇ ਤਕਰੀਬਨ ਦੁੱਧ ਤਕਰੀਬਨ ਉਸ ਤਲੇ 1.5 ਕਿਲੋ ਦੁੱਧ ਦੇ ਅੱਛਾ ਕਾਲੀ ਬੱਕਰੀ ਤਲੇ ਹਾਂ ਜੀ ਤੇ ਇਸ ਤਲੇ ਵੀ ਇਤਨਾ ਹੀ ਹੋ ਸੀ ਲੇਕਿਨ ਬੱਚੇ ਹੀ ਪੀਂਦੇ ਅੱਛਾ ਅੱਛਾ ਉਸ ਤੋਂ ਬਾਅਦ ਦੱਸੋ ਕਿੰਨੇ ਦੀ ਅਗਰ ਕੋਈ ਡਿਸਕਾਊਂਟ ਕਰਕੇ ਦੱਸੋ ਤਾਂ ਕਿ ਅਸਾਂ ਭਰਾ ਦੋ ਖਰੀਦ ਸਕਾਂ ਉਸਤੇ ਦੋ ਬੱਚੇ ਨੇ ਜੀ ਬਕਰੋਟੇ ਨੇ ਨਰ ਨੇ ਤੇ ਉਸਦਾ 70,000 ਰੁਪਿਆ ਨੇ ਅੱਛਾ ਜੀ ਇਹ ਜਿਹੜੇ ਇਹ ਵਾਲੀ ਇਸ ਤੇ ਵੀ ਦੋ ਬਕਰੋਟੀ ਆ ਨੇ ਯਾ ਤੇ ਆ ਮਾਦੀਆਂ ਦੋਏ ਦੋਏ ਅੱਛਾ ਮਾਦੀਆਂ 65,000 ਰੁਪਿਆ 65,000 ਰੁਪਿਆ ਤੇ ਡਿਸਕਾਊਂਟ ਕੀ ਮਜ਼ੀਦ ਕਰ ਸੋ ਕੋਈ ਭਰਾਵਾਂ ਦੋਸਤਾਂ ਨਾਲ ਕਿਉਂ ਉਹ ਲਾਤ ਸਾਬਤ ਹੈ ਪਾਕਿਸਤਾਨ ਨੇ ਲਾਤ ਕੀ ਕਰਦੇ ਨੇ ਉਸ ਤੋਂ ਬਾਅਦ ਇਹ ਹਰ ਬਣੇ ਦੀ ਕੋਸ਼ਿਸ਼ ਹੋਣਗੇ ਮੰਡੀ ਵਿੱਚ ਆਵਾਂ ਸਸਤੀ ਬੱਕਰੀ ਖਰੀਦਾਂ ਲੇਕਿਨ ਜਿਸ ਟਾਈਮ ਬੰਦਾ ਮੰਡੀ ਵਿੱਚ ਆਂਦਾ ਆਟੋਮੈਟਿਕ ਰੇਟ ਕੋਈ ਜ਼ਿਆਦਾ ਕਰ ਛੋੜ ਦੇਣ ਨਾ ਲੋਕ ਨਾ ਤੇ ਜਿਸ ਟਾਈਮ ਵੀਡੀਓ ਤੇ ਲੋਕ ਦੇਖ ਕੇ ਆਸਣ ਤੋਂ ਕੋਸ਼ਿਸ਼ ਹੁੰਦੀ ਉਸੇ ਦਾ ਡਿਸਕਾਊਂਟ ਤੇ ਅਸੀਂ ਕਿਨਾ ਤੇ ਕਿੰਨਾ ਡਿਸਕਾਊਂਟ ਕਰਕੇ ਨਸੋ ਡਿਸਕਾਊਂਟ ਤੋਂ ਸਾ ਕਰ ਛੋੜ ਸਾ 5,000 ਰੁਪਏ ਡਿਸਕਾਊਂਟ ਕਰ ਛੋੜ ਸਾ 65,000 ਰੁਪਏ ਦੀ ਉਹਦੀ ਆਦੇਸ਼ਾਂ ਨੇ ਅੱਛਾ ਤੇ 60,000 ਰੁਪਏ ਦੀ ਇਹ ਚਾਹ ਦੇ ਅੱਛਾ ਮਾਸ਼ਾਅੱਲਾ ਨਾਲ ਵੇ ਚਲੋ ਇਹ ਫਾਇਦਾ ਹੈ ਵੇ ਅਸਾਂ ਦੇ ਭਰਾਵਾਂ ਦੋਸਤਾਂ ਕਿ ਤੁਸੀਂ ਇੱਕ ਬੱਕਰੀ ਨਾ ਕਿਨਸੋ ਤੁਸੀਂ ਤਰੇ ਸਮਝੋ ਬੱਕਰੀਆਂ ਕਿਨਸੋ ਇਸ ਵਿੱਚ ਤਰੇ ਬੱਕਰੀਆਂ ਮਿਲ ਸਣ ਨਾ ਅੱਛਾ ਉਸ ਤੋਂ ਬਾਅਦ ਆਪਣਾ ਰابطਾ ਨੰਬਰ ਦੱਸ ਛੋੜੋ ਨਾਲ ਆਪਣੀ ਲੋਕੇਸ਼ਨ ਦੱਸ ਛੋੜੋ ਗ੍ਰਾਈਂ ਦਾ ਨਾਂ ਕਿ ਉਸ ਜਗ੍ਹਾ ਤੇ ਲੋਕ ਬਾਸਾਨੀ ਆ ਕੇ ਖਰੀਦਣਾ ਚਾਹੁੰ ਖਰੀਦ ਸਕਣ ਅਕਮਲ ਸ਼ਹਿਬਾਜ਼ ਰਜੋਈਆ ਅੱਛਾ ਮਾਸ਼ਾਅੱਲਾ ਰਜੋਈਆ ਦਾ ਤੁਸੀਂ ਤੇ ਹਵੇਲੀਆਂ ਨਾਲ ਰਜੋਈਆ ਨੇ ਰابطਾ ਨੰਬਰ ਕੀ ਨੇ 03161938330 39 ਬਿਲਕੁਲ ਜੀ ਤੁਸੀਂ ਰابطਾ ਨੰਬਰ ਵੀ ਨਾ ਤਾਂ ਦੇਖ ਕੇ ਤਾਂ ਰਜੋਈਆ ਹੈ ਵੀ ਨਜ਼ਦੀਕ ਹੈ ਬਈ ਪਾਸ ਤੇ ਬੰਦਾ ਜਿਲੇ ਸਾਹਮਣੇ ਰਜੋਈਆ ਦਾ ਗਰਾਂ ਹੈ ਤੇ ਮਾਸ਼ਾਅੱਲਾ ਰਜੋਈਏ ਲੋਕ ਵੀ ਮਾਸ਼ਾਅੱਲਾ ਅੱਛੇ ਨੇ ਖਿਦਮਤਗਾਰ ਲੋਕ ਨੇ ਔਰ ਤੁਸੀਂ ਆਵਾ ਉਮੀਦ ਹੈ ਇਨਸ਼ਾਅੱਲਾ ਸਸਤੀਆਂ ਬੱਕਰੀਆਂ ਦੇ ਸੁਣ ਜਿੰਨਾ ਇਹਨਾਂ ਕੋਲ ਹੋ ਸਕਦਾ ਹੋਇਆ ਫਿਰ ਵੀ ਡਿਸਕਾਊਂਟ ਕਰ ਸਣ ਤੇ ਨਾਲ ਤੁਸੀਂ ਇਹ ਫਿਰ ਪਰ ਦੱਸਣਾ ਯਾਰ ਇਤਨੇ ਪੈਸੇ ਭਈ ਇੱਕ ਬੱਕਰੀ ਨਹੀਂ ਭੇਜਿੰਦੇ ਹੋ ਤਰੇ ਬੱਕਰੀਆਂ ਕਿੰਦੇ ਹੋ ਰਿਹਾ ਪਾਲ ਸਕਦੇ ਹੋ ਕਿਉਂਕਿ ਵਪਾਰ ਵਾਲਾ ਕੰਮ ਤੇ ਨਾ ਤੇ ਬੰਦਾ ਨਹੀਂ ਕਰ ਕਿੰਦਾ ਤੁਸੀਂ ਘਰ ਅਗਰ ਪਾਲਣਾ ਚਾਹੋ ਦੁੱਧ ਇਹਨਾਂ ਦਾ ਇਸਤੇਮਾਲ ਕਰਨਾ ਚਾਹੋ ਦੁੱਧ ਇਸਤੇਮਾਲ ਕਰ ਸਕਦੇ ਹੋ ਉਸ ਤੋਂ ਬਾਅਦ ਵੈਸੇ ਵੀ ਘਰੇ ਦੇ ਇਸਤੇਮਾਲ ਅਸੀਂ ਤੁਸੀਂ ਮਾਸ਼ਾਅੱਲਾ ਇਹਨਾਂ ਰੱਖ ਸਕਦੇ ਹੋ ਤੇ ਲਾਜ਼ਮੀ ਨਾਲ ਰابطਾ ਕਰੋ ਤੁਸੀਂ ਬੱਕਰੀਆਂ ਖਰੀਦ ਕਰਨ ਦੀ